ਬਾਬਾ ਜੀ ਤੁਸੀਂ ਅੱਜ ਭੁੱਖ ਹੜਤਾਲ ਤੇ ਬੈਠੇ ਹੋ ਤੁਸੀਂ ਆਪਣੇ ਬਾਰੇ ਕੁਝ ਦੱਸੋਗੇ ਅਤੇ ਆਪਣੀ ਮੰਗਾਂ ਬਾਰੇ ਕੁਝ ਦੱਸੋਗੇ। ਮੇਰਾ ਨਾਮ ਪ੍ਰਦੀਪ ਸਿੰਘ ਬਾਵਾ, ਮੈਂ ਲੋਕ ਚੇਤਨਾ ਲਹਿਰ ਪੰਜਾਬ ਸਵਾਲ ਦਾ ਪ੍ਰਧਾਨ ਹਾਂ। ਪਰ ਇਸ ਤੋਂ ਪਹਿਲਾਂ ਮੈਂ ਬੰਦਾ ਬਹਾਦਰ ਆਟੋ ਵੈਲਫੇਅਰ ਸੁਸਾਇਟੀ ਤੋਂ ਵੀ ਪ੍ਰਧਾਨ ਹਾਂ ਕੰਨਿਆਂ ਤੋਂ। ਮੇਰੀਆਂ ਚਾਰ ਮੰਗਾਂ ਨੇ ਜੀ ਮੁੱਖ। ਇੱਕ ਤਾਂ ਸ਼ਹਿਰ ਦੇ ਵਿੱਚ ਜਿਹੜੇ ਅਵਾਰਾ ਪਸ਼ੂ ਘੁੰਮ ਰਹੇ ਨੇ ਇਹਨਾਂ ਦੀ ਸਾਂਭ ਸੰਭਾਲ ਕੀਤੀ ਜਾਵੇ। ਦੂਸਰਾ, ਜਿਹੜਾ ਪ੍ਰੈਸ਼ਰ ਹਾਰਨ ਵੱਜ ਰਹੇ ਨੇ ਕਿ ਇਹਨਾਂ ਨੂੰ ਪੂਰਨ ਤੌਰ 'ਤੇ ਬੰਦ ਕੀਤਾ ਜਾਵੇ। ਸ਼ਹਿਰ ਦੇ ਵਿੱਚ ਜਗ੍ਹਾ ਜਗ੍ਹਾ ਪੁਲਾਂ ਥੱਲੇ ਲੱਗੇ ਕੂੜੇ ਦੇ ਢੇਰ ਨੇ ਜਿਹੜੇ, ਇਹਨਾਂ ਨੂੰ ਚੁਕਾਇਆ ਜਾਵੇ। ਅਤੇ ਸਭ ਤੋਂ ਬੜੀ ਸਮੱਸਿਆ ਜਿਹੜੀ ਮੇਨ ਸ਼ਹਿਰ 'ਚ ਹੈ ਉਹ ਟ੍ਰੈਫਿਕ ਦੀ ਹੈ। ਜਿਹੜੀ ਰੋਡ ਦੇ ਉੱਪਰ ਪਾਰਕਿੰਗ ਹੁੰਦੀ ਹੈ, ਨਜਾਇਜ਼ ਪਾਰਕਿੰਗ ਕੀਤੀ ਜਾ ਰਹੀ ਹੈ, ਪ੍ਰਸ਼ਾਸਨ ਵੱਲੋਂ ਉਹਨੂੰ ਬੰਦ ਕਰਾਇਆ ਜਾਵੇ ਅਤੇ ਪਾਰਕਿੰਗ ਦੇ ਪੱਕੇ ਪ੍ਰਬੰਧ ਕੀਤੇ ਜਾਣ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ। ਹਾਂਜੀ, ਹਵਾ ਸਿੰਘ ਜੀ, ਤੁਸੀਂ ਕੋਈ ਦੱਸੋਗੇ? ਜਿਹੜੇ ਆਪਣੇ ਪ੍ਰਦੀਪ ਸਿੰਘ ਬਾਵਾ ਜੀ, ਇਹ ਲੋਕਾਂ ਦੀਆਂ ਨਾ ਜਿਹੜੀਆਂ ਸਮਾਜਿਕ ਮੰਗਾਂ ਨੇ, ਜਿੱਦਾਂ ਅਵਾਰਾ ਪਸ਼ੂਆਂ ਦਾ ਸ਼ਹਿਰ ਦੇ ਵਿੱਚ ਬਹੁਤ ਸਾਰਾ, ਇਹ ਜਿਹੜੇ ਇਹਦੇ ਨਾਲ ਹਾਦਸੇ ਵੀ ਹੁੰਦੇ ਨੇ, ਕੀਮਤੀ ਜਾਨਾਂ ਵੀ ਜਾ ਰਹੀਆਂ ਨੇ, ਅਤੇ ਸ਼ਹਿਰ ਦੇ ਵਿੱਚ ਜਗ੍ਹਾ ਜਗ੍ਹਾ ਗੰਦਗੀ ਦੇ ਢੇਰ ਨੇ। ਬਹੁਤ ਵਾਰੀ ਇਹ ਮਸਲਾ ਪ੍ਰਸ਼ਾਸਨ ਕੋਲ ਰੱਖਿਆ, ਕਮੇਟੀ ਕੋਲ ਵੀ ਰੱਖਿਆ, ਪਰ ਉਹਦੇ 'ਤੇ ਕਿਸੇ ਨੇ ਵੀ ਕੋਈ ਧਿਆਨ ਨਹੀਂ ਦਿੱਤਾ। ਇਸ ਕਰਕੇ ਮਜਬੂਰ ਹੋ ਕੇ ਜਿਹੜੇ ਪ੍ਰਦੀਪ ਬਾਵਾ ਜੀ ਇਸ ਮਸਲਿਆਂ ਨੂੰ ਲੈ ਕੇ ਭੁੱਖ ਹੜਤਾਲ 'ਤੇ ਬੈਠੇ ਨੇ। ਇਹ ਲੋਕ ਚੇਤਨਾ ਲਹਿਰ ਜਿਹੜੀ ਪੰਜਾਬ ਹੈ, ਇਹਦੇ ਵੀ ਆਗੂ ਨੇ। ਅਸੀਂ ਵੀ ਉਹਨਾਂ ਦੇ ਨਾਲ ਪੂਰਾ ਸਮਰਥਨ, ਸਾਡੀ ਜਿਹੜੀ ਲੇਬਰ ਯੂਨੀਅਨ ਹੈ ਉਹ ਪੂਰਾ ਬਾਵਾ ਜੀ ਨਾਲ ਇਹਨਾਂ ਮੰਗਾਂ 'ਤੇ ਪੂਰਾ ਅਸੀਂ ਇਹਦਾ ਸਮਰਥਨ ਦੇ ਰਹੇ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ।